7, 8, 9, 10, 11, 12, 13, 14, 15, 16, 17. ਅਰਸ਼ਦ ਬਸ ਲੈਣ ਦੇਣ ਮੈਂ ਬਹੁ ਲੱਭਿਆ $1700 ਠੀਕ ਹੈ ਅਤੇ ਇੰਝ ਬਾਈ ਤੂੰ ਹੁਣ ਦੱਸ ਵਾ ਤੂੰ ਕਿੰਨੇ ਕੁ ਦਿਨ ਮਤਲਬ ਚਾਹੀਦੇ ਨੇ ਪੰਜ ਵਰਕਿਆਂ ਨਾਲ ਚੱਲੇ ਦਾ ਚਹੁੰ ਨਾਲ ਚੱਲੇ ਦਾ ਜਿੰਨਿਆਂ ਨਾਲ ਚੱਲਦਾ ਤੇਰਾ ਤੂੰ ਦੱਸ ਮੇਰੀ ਖੈਰ ਜੇ ਉਹ ਨਹੀਂ ਲੋੜ ਕੋਈ ਉਹਦੇ ਯਾਰ ਮੈਨੂੰ ਪਤਾ ਉਸ ਮਕਾਨ ਸ਼ੁਰੂ ਕੀਤੇ ਨੇ ਹੁਣ ਜਿਹੜੇ ਚਾਹੀਦੇ ਨਾ ਉਹ ਮੈਂ ਪੁੱਛ ਲਾਂਗਾ ਤੂੰ ਵੀ ਪਿਆਨਾ ਕਿ ਦੇਣੇ ਨੇ ਰੁਪਇਆ 50,000 ਦੇਣਾ ਤੂੰ ਦੱਸ ਤਿੰਨ ਜਿੰਨੇ ਚਾਹੀਦੇ ਨੇ ਤਿੰਨ ਦਿਨਾਂ ਠੀਕ ਹੈ ਕਿਉਂਕਿ ਜ਼ਿਆਦਾ ਟੈਨਸ਼ਨ ਤੇਰੀ ਉਹਦੀ ਟੈਨਸ਼ਨ ਨਹੀਂ ਹੈ ਨਹੀਂ ਹੁਣ ਮੈਂ ਦੇ ਲਾਂਗਾ ਪੰਜ ਵਰਕੇ ਦੇ ਇੱਕ ਦੋ ਤਰੇ ਚਾਰ ਪੰਜ ਇਹ ਪੂਰਾ ਘਰ ਪੰਜ ਠੀਕ ਹੈ ਨਹੀਂ ਆਪਣੇ ਗਿਣਤਰੀ ਵੀ ਕਰ ਲੈ ਭਾਈ ਠੀਕ ਹੈ ਠੀਕ ਹੋ ਠੀਕ ਹੈ ਤੇ ਅੱਛਾ ਤਰਵਣ ਸਾਹਿਬ ਹੁਣ ਤੁਸੀਂ ਦੱਸੋ ਬਸ ਤੁਹਾਡਾ ਕਿੰਨਿਆਂ ਕੁ ਨਾਲ ਸਰਕਟ ਹੁਣ ਸਰ ਗਿਆ ਇਹਦਾ ਕਿਉਂਕਿ ਮੈਂ ਉਸ ਹਿਸਾਬ ਨਾਲ ਨਾ ਪੈਸੇ ਜਿਹੜੇ ਮੈਂ ਦਿੰਦਾ ਪਿਆ ਠੀਕ ਹੈ ਚਾਹੀਦਾ ਮੈਂ ਵੀ ਨੇ ਲੇਕਿਨ ਮੈਂ ਤੁਹਾਡਾ ਪਹਿਲਾਂ ਤੂੰ ਮਤਲਬ ਲਾ ਲਵਾਂ ਨਾ ਬਸ ਤੁਹਾਨੂੰ ਕਿੰਨੇ ਕੁ ਚਾਹੀਦੇ ਨੇ ਨਾਇਕ ਵੀ ਉਸ ਆਖਿਆ ਥੋੜੇ ਦਿਆਂ ਦਾ ਹੁਣ ਕੋਈ ਨੀ ਕੋਲਾ ਲੀਲਾ ਤੇ ਥੋੜੇ ਦੂਜੇ ਦਿਆਂ ਦਾ ਠੀਕ ਹੈ 7, 5, 12 ਉਹ ਨੇ 17 ਇਹ ਨੇ ਤੇ ਡੇਢ ਦੋ ਵਰਕੇ ਆ ਨੇ ਠੀਕ ਹੈ ਟੈਨਸ਼ਨ ਪੈਸਿਆਂ ਦੀ ਨਹੀਂ ਰੁਪਈਆ ਤਾਂ 3,00,000 ਜਿਹੜਾ ਉਹ ਹੈ ਵੇ ਉਹਦੀ ਟੈਨਸ਼ਨ ਨਹੀਂ ਜਿਹੜੇ ਤੁਹਾਨੂੰ ਚਾਹੀਦੇ ਨੇ ਤੁਸੀਂ ਉਹ ਦੱਸੋ ਉਹ ਬਾਹਲੀ ਵੱਡੀ ਮਜਬੂਰੀ ਜਿਹੜੀ ਉਹ ਜਣਾ ਡੇਕੇ ਲੱਗੇ ਆ ਨਾ ਉੱਥੇ ਤੁਰਕੀ ਉਹਦੇ ਮੈਂ ਪਿਆਂਦਾ ਨਹੀਂ ਇਸ ਵੇਲੇ ਉਹਦੇ ਮੈਂ ਗੱਲ ਦੇਣੇ ਨੇ ਪੈਸੇ ਠੀਕ ਹੈ ਤੇ ਆਹ ਲਓ ਸਰਕਾਰ ਤੁਸੀਂ ਉਂਗਲੀ ਮਾਰ ਕੇ ਗਿਣੋ 5 ਵਰਕੇ ਆਪਣੇ $500 ਪੂਰਾ ਕਰੋ 40,000 ਚਲੋ ਘਰ ਕੋ ਖਰਚਾ ਪੱਠਾ ਟੋਰ ਛੱਡਾਂ ਦੇ ਇਹ ਜਮਨ ਠੀਕ ਹੈ ਤੇ ਬਕਾਇਆ ਜਨਾਬ ਇਹ ਉੱਤੇ ਜਿਹੜਾ ਨਾ ਲਿਦਾ ਟੁੱਟੇ ਭੱਜੇ ਆਉਣ ਦਿੱਤੇ ਨੇ ਆਪਣਾ ਖਰਚਾ ਪੱਠਾ ਵੀ ਇੱਥੇ ਰੱਖਣੇ ਕਿ ਹੁਣ ਸਾਰੇ ਪਿਛਾ ਤੇ ਨਹੀਂ ਨਾ ਕੀ ਹੁਣ ਮੇਰੇ ਕੋਲ ਸਾਰੇ ਰੱਖਣੇ ਜੇ ਕਿ ਲੈਣੇ ਜੇ ਕੋਲ ਹੀ ਰੱਖੀ ਰੱਖ ਹੁਣ ਕਿਹੜਾ ਕੁ ਵੱਧ ਹੁਣ ਸਾਰੇ ਹੁਣ ਮਿਹਨਤ ਨਹੀਂ ਦੇ ਛੜੇ ਨੇ ਬਸ ਦਿੰਦੇ ਤੇ ਸਾਰਾ ਛਿੱਲਾ ਹੀ ਕੀ ਬੰਦੇ ਕੋਲ ਹੀ ਹੋਣਾ ਚਾਹੀਦਾ ਛਿੱਲੋ ਤੇ ਸਾਰੀਆਂ ਮਿਹਨਤ ਨਹੀਂ ਤੈਨੂੰ ਪਤਾ ਦਿੰਦੇ ਨੇ ਪਰ ਲੱਗੂ ਇਹ ਵਾਰ ਜਿਹੜੇ ਜਿਹੜੇ ਚਾਹੀਦਾ ਜੇ ਖਰਚਾ ਬਲਕਿ ਸਿਰਗੜ ਸਿਰਗੜ ਚਲੋ ਮੈਂ ਹੀ ਲਿਆਉਣਾ ਜਾ ਕੇ ਠੀਕ ਹੈ ਤੇ ਵੱਡੜੇ ਇੰਝ ਕਰੀ ਨਾ ਮਹੀਨੇ ਦਾ ਦੀਆਂ ਦਾ ਸੌਦਾ ਇਕੱਠਾ ਲੈ ਉਹ ਮਹੀਨੇ ਦਾ ਰਾਸ਼ਨ ਤਾਂ ਮੈਂ ਲੈ ਆਵਾਂ ਦਾ ਜਾ ਕੇ ਠੀਕ ਹੋ ਕਹਿਣੀ ਤੇ ਪਿੱਛੇ ਰਹਿ ਗੱਲ ਆਪਣਾ ਸਵੇਰੇ ਜਨਾਬ ਕੀ ਹੁਣ ਪ੍ਰੋਗਰਾਮ ਹੈ ਬੱਕਰਾ ਲਿਆਵਾਂ ਜਾਂ ਵੱਡਾ ਗੋਸ਼ਤ ਲਿਆਵਾਂ ਹੁਣ ਉਹ ਦੱਸੋ ਤੁਸੀਂ ਉਹ ਤਰੜ ਕੋ ਪੁੱਛ ਲਓ ਮਨਾ ਵੀ ਨਾ ਰਹੇ ਵਿੱਚੋਂ ਤਰੜ ਸਵੇਰੇ ਕਿਹੜਾ ਹੁਣ ਹੈ ਗੋਸ਼ਤ ਪਵਾਉਣਾ ਜੀ ਦੱਸੋ ਬਾਵੇ ਹਰੀ ਛੋਟਾ ਖਾ ਮੋਟਾ ਖਾਂਦੇ ਨਹੀਂ ਛੋਟੇ ਹੀ ਉਹਨਾਂ ਵੀ ਖਾਣਾ ਬੱਕਰਾ ਹੀ ਲਿਆਵਾਂ ਫਿਰ ਚਲੋ ਬੱਕਰਾ ਸਵੇਰੇ ਲੈ ਆਵਾਂ ਦਾ ਠੀਕ ਹੈ ਤੇ ਬਕਾਇਆ ਜਿਹੜੇ ਭਰਾ ਪਾਕਿਸਤਾਨ ਹੈ ਨਾ ਬੇਸ਼ੱਕ ਟੈਨਸ਼ਨ ਨਹੀਂ ਹੈਗਾ ਆ ਜਾਣ ਠੀਕ ਹੈ ਇੱਥੇ ਇਰਾਕ 'ਚ ਜਿਹੜੇ ਆਏ ਨੇ ਉਹ ਪਾਉਂਦੇ ਰੌਲਾ ਨੇ ਅਸੀਂ ਹੈ ਸੁੱਟ ਗਏ ਅਤੇ ਇੱਥੇ ਜਿਹਨੇ ਜਿਹਨਾਂ ਦਾ ਕੰਮ ਜੋ ਹੋਏ ਉਹਨਾਂ ਦਾ ਲੱਦਾ ਸੁਤਰਾਏ ਆ ਨਹੀਂ ਤਾਂ ਦੱਸ ਕਰ ਤੇਰਾ ਲੱਦਾ ਸੁਤਰੇ ਆ ਨਹੀਂ ਇੱਥੇ ਉੱਜੜਨੇ ਵਾਲੀ ਕਿਹੜੀ ਗੱਲ ਜੀ ਆ ਇਰਾਕ ਵਿੱਚ ਨਹੀਂ ਅਸੀਂ ਲੈਂਦੇ ਫਿਰਦੇ ਆ ਵੇਖ ਡਾਲਰ ਕਿੰਨੇ ਨੇ ਟੈਨਸ਼ਨ ਹੈ ਕੋਈ ਡਾਲਰਾਂ ਦੀ ਅਤੇ ਇੱਥੇ ਜਿਹੜੇ ਆਉਂਦੇ ਨੇ ਆਉਂਦੇ ਨੇ ਪਰ ਰੁਲ ਗਏ ਹਾਂ ਇਰਾਕ ਵਿੱਚ ਰੁਲ ਗਏ ਹਾਂ ਦਲੀਲ ਹੋ ਗਏ ਹਾਂ ਦਲੀਲ ਹੋਣੇ ਵਾਲੀ ਤਾਂ ਗੱਲ ਹੀ ਇੱਥੇ ਕੋਈ ਰੁਪਇਆ ਵੀ ਕੁਛ ਚਾਹੀਦਾ ਰਹਿਣ ਦੇ ਰੁਪਇਆ 1, 2, 3, 4, 5, 6, 7 ਤੇ 8 ਫੜ ਹਾਂ 8 ਤੂੰ ਨਹੀਂ ਰਹਿਣ ਦੇ ਮੈਂ ਮੇਰੇ ਤੂੰ ਕੋਲ ਹੀ ਰੱਖ ਮੈਂ ਨਹੀਂ ਚਾਹੀਦੇ
ਚਲੋ ਠੀਕ ਹੋ ਗਿਆ ਸਹੀ ਹੈ ਠੀਕ ਹੈ ਫਿਰ ਅੱਲਾ ਖੈਰ ਕਰੇ